सूरज गोटे गोटे चढ़ गया पर ए महाराणी नू पता ही नहीं दिन चढ़िया कि नहीं इतने साडे वर्गे सूरज चढ़न तो पहले ही सारा काम नबेड़ लेंदे सी इहदे वर्गे ने काम तां नबेड़ना एक पासे महाराणी दी नींदां ही नहीं पूरियां होंदियां इदां नहीं गल बननी कुछ ना कुछ तो मैं करना पऊ मनप्रीत नहीं मनप्रीत की होया मम्मी बैड कद खड़काई जाने हो ना खड़कावान तो होर की करा तेन तो कुछ पता ही नहीं चलता कोई तुरदा कोई फिरदा कोई बोलदा कोई चालदा बाहर किन्ना खड़का हुंदा अद्धी दुनिया उठी हुई है तू इत्थे लिटी पई है भोरा शर्म कर ला मुंडा कद दा काम ते चल गया मैनू तो ऐ लगदा तेरे माँ प्यो बुलाने ही पैणे आ मैं तो तेना मत्था मार मार हंभ गई मम्मी मेरी गलती की है मैनू ये तो दस दो बाई ना भोली ना बन जिवें तेनू किसी गल का पता ही नहीं हुंदा मैं तेनू किन्नी बार कहा भी कुड़िए रात नू टाइम सिर पै जाया कर ते सवेरे टाइम सिर उठ जाया कर पर तेरे तेरे पल्ले गल कित्थों पैंदी आ तेरी तो रात नू हाहा ही नहीं मुकदी तो सवेरे तेरे घराड़े नहीं मुकदे मम्मी तुसी मेरी बिना गल सुने मैनू बोली जाने हो ओ एक बार मेरी गल तो सुन लो चुप करनी एक तो गलतियां करती है ते दूजे तेरी मैं गल्ला सुना मेरे वाल बिटर बिटर झाकना रसोई च गोडे गोडे काम पिया जाके कर ला लगी है जबान लड़ान मेरे अगे ਲੈ ਵੀ ਤੜਕਾ ਲੱਗ ਗਿਆ ਬਸ ਹੁਣ 10 ਕਿ ਮਿੰਟ ਸਬਜ਼ੀ ਹੋਰ ਹੈ ਜੀ ਨਹੀਂ ਹਲੇ ਤੇਰਾ ਕੰਮ ਨਹੀਂ ਨਿਬੜਿਆ ਕਿਹੜੇ ਵਾਲੇ ਦੀ ਖੁਰਚਾ ਖਰਚੀ ਲੱਗੀ ਆ ਮੁੰਡਾ ਕੰਮ ਤੋਂ ਵਾਪਸ ਆਉਣ ਵਾਲੇ ਹੋ ਗਿਆ ਤੇ ਤੇਰੀ ਅਜੇ ਰੋਟੀ ਨਹੀਂ ਤਿਆਰ ਹੋਈ ਨਹੀਂ ਨਹੀਂ ਮੰਮੀ ਜੀ ਇਦਾਂ ਦੀ ਕੋਈ ਗੱਲ ਨਹੀਂ ਤੜਕਾ ਮੈਂ ਲਾਤਾ ਬਸ 10 ਕਿ ਮਿੰਟ ਲੱਗਣੇ ਆ ਸਬਜ਼ੀ ਬਣਨ ਨੂੰ ਤੇ ਆਟਾ ਗੁੰਨਿਆ ਹੋਇਆ ਉਹ ਮੈਂ ਰੋਟੀਆਂ ਨਾਲ ਦੀ ਨਾਲ ਲਾ ਦੇਣੀਆਂ ਨੇ ਹਾਏ ਰੱਬਾ ਜੇ 10 ਮਿੰਟ ਹੋਰ ਤੂੰ ਨਾ ਕੋਈ ਕੰਮ ਟਾਈਮ ਸਿਰ ਕਰਦੀ ਆ ਮੇਰੇ ਵਰਗੀ ਨਾ ਤੁਰੀ ਜਾਂਦੀ ਪੈਰਾਂ ਨਾਲ ਕੰਮ ਕਰ ਦਿੰਦੀ ਸੀ ਤੇ ਤੂੰ ਘੰਟਾ ਪਿਆਜ਼ਾਂ ਲਾ ਦਿੰਦੀ ਆ ਤੇ ਮੈਂ ਪਤਾ ਨਹੀਂ ਲੱਗਦਾ ਸੀ ਕਦੋਂ ਰੋਟੀ ਬਣ ਗਈ ਤੇ ਕਦੋਂ ਸਬਜ਼ੀ ਬਣ ਗਈ ਮੰਮੀ ਪਿਆਜ਼ਾਂ ਨੂੰ ਇੰਨਾ ਟਾਈਮ ਤਾਂ ਲੱਗਦਾ ਕਿਉਂਕਿ ਪਿਆਜ਼ ਮੈਨੂੰ ਬਰੀਕ ਕੱਟਣਾ ਪੈਂਦਾ ਜੇ ਸਬਜ਼ੀ 'ਚ ਮਾੜਾ ਜਿਹਾ ਵੀ ਮੋਟਾ ਪਿਆਜ਼ ਆ ਜਾਵੇ ਨਾ ਇਹ ਉਦੋਂ ਹੀ ਬੋਲਣ ਲੱਗ ਜਾਂਦੇ ਨੇ ਸਬਜ਼ੀ ਖਾਂਦੇ ਨਹੀਂ ਅੱਛਾ ਹੁਣ ਤੂੰ ਮੈਨੂੰ ਮੱਤਾ ਦੇਂਗੀ ਕਿ ਸਬਜ਼ੀ ਕਿੱਦਾਂ ਬਣਾਉਣੀ ਆ ਤੇ ਕਿੱਦਾਂ ਮੇਰੇ ਮੁੰਡੇ ਨੇ ਖਾਣੀ ਆ ਉਹ 30 ਸਾਲਾਂ ਦਾ ਉਹਨੂੰ ਮੈਂ ਹੀ ਕੀਤਾ ਮੇਰੇ ਹੱਥ ਦੀ ਉਹ ਬਣੀ ਸਬਜ਼ੀ ਖਾਂਦਾ ਸੀ ਸਵਾਦਾਂ ਦੀ ਪੱਟੀ ਆਪ ਹੈ ਕਦੀ ਮਿਰਚਾਂ ਵੱਧ ਤੇ ਕਦੀ ਮਿਰਚਾਂ ਘੱਟ ਕਦੀ ਪਿਆਜ਼ ਬਰੀਕ ਤੇ ਕਦੀ ਪਿਆਜ਼ ਮੋਟੇ ਤੇ ਨਾਮ ਮੇਰੇ ਮੁੰਡੇ ਦਾ ਲਾਂਦੀ ਆ ਮੰਮੀ ਜੇ ਤੁਹਾਨੂੰ ਮੇਰੇ ਤੇ ਨਹੀਂ ਯਕੀਨ ਹੈਗਾ ਨਾ ਤੁਸੀਂ ਇਹਨਾਂ ਨੂੰ ਪੁੱਛ ਲਿਓ ਮੈਂ ਸੱਚ ਬੋਲਦੀ ਪਈ ਆ ਝੂਠ ਨਹੀਂ ਇਹ ਤੁਹਾਨੂੰ ਆਪਣੇ ਦੱਸ ਦੇਣਗੇ ਉਹ ਤੂੰ ਤਾਂ ਚੋਣੀ ਇਹੀ ਆ ਕਿ ਮੈਂ ਆਪਣੇ ਮੁੰਡੇ ਨਾਲ ਤੇਰੇ ਬਾਰੇ ਗੱਲਾਂ ਕਰਾਂ ਤੇ ਉਹ ਦਿਮਾਗ ਤੇ ਬੋਝ ਲਵੇ ਤੇ ਉਹ ਆਪਣੇ ਕੰਮ ਵੱਲ ਘੱਟ ਤੇ ਘਰ ਦੇ ਕੰਮ ਵੱਲ ਜ਼ਿਆਦਾ ਧਿਆਨ ਦੇਵੇ ਬਾਲੀ ਚਲਾਕ ਨਾ ਬਣ ਤੂੰ ਮੇਰੇ ਨਾਲ ਆ ਬਾਲੀ ਅੱਖਾਂ ਹੀ ਨਾ ਕੱਢ ਮੈਨੂੰ ਆ ਰਸੋਈ ਦਾ ਕੀ ਹਾਲ ਬਣਾਇਆ ਹੋਇਆ ਜਦ ਮੇਰੇ ਹੱਥ 'ਚ ਸੀ ਨਾ ਸਾਰਾ ਸਮਾਨ ਟਿਕਾਣ ਤੇ ਰਸੋਈ ਟਿੱਚ ਹੁੰਦੀ ਸੀ ਤੇ ਤੂੰ ਆ ਨਰਕ ਪਾਇਆ ਹੋਇਆ ਮੰਮੀ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਵੀ ਹਜੇ ਮੈਂ ਰੋਟੀ ਸਬਜ਼ੀ ਬਣਾਉਣੀ ਪਈ ਆ ਹਜੇ ਮੈਂ ਰਸੋਈ 'ਚੋਂ ਨਿਕਲੀ ਨਹੀਂ ਜਦ ਮੈਂ ਰਸੋਈ 'ਚ ਜਾਊਂਗੀ ਸਾਰੀ ਰਸੋਈ ਸਾਫ਼ ਕਰਕੇ ਜਾਊਂਗੀ ਅਸਲ 'ਚ ਗੱਲ ਪਤਾ ਕੀ ਆ ਤੁਹਾਨੂੰ ਮੇਰੇ ਕੰਮ 'ਚ ਨੁਕਸ ਕੱਢਣ ਦੀ ਆਦਤ ਪਈ ਹੋਈ ਆ ਮੈਂ ਜਿੰਨਾ ਮਰਜ਼ੀ ਕਰ ਲਾਂ ਪਰ ਤੁਸੀਂ ਖੁਸ਼ ਨਹੀਂ ਹੋ ਸਕਦੇ ਦੇਖਤਾ ਸੀ ਕਿਵੇਂ ਜਵਾਨ ਲੜਾਉਣ ਲੱਗੀ ਆ ਮੇਰੇ ਸਾਹਮਣੇ ਇੱਕ ਅਸੀਂ ਸੀਗੇ ਮੈਂ ਕਹਿੰਦੀ ਸੱਸ ਸਾਹਮਣੇ ਚੂਣ ਹੀ ਕਰਦੇ ਸੀਗੇ ਮੈਂ ਕਹਿੰਦੀ ਆ ਕਾਹਨੂੰ ਕਹਿਣਾ ਕਾਹਨੂੰ ਕਹਿਣਾ ਪਰ ਤੂੰ ਤੂੰ ਨਾ ਹਟੀ ਕਿਵੇਂ ਮੇਰੇ ਅੱਗੇ ਹੱਥ ਕੱਢ ਕੱਢ ਕੇ ਲੜਦੀ ਆ ਕੋਈ ਗੱਲ ਨਹੀਂ ਆ ਲੈਂਦੇ ਮੇਰੇ ਮੁੰਡੇ ਨੂੰ ਦੱਸਦੀਆਂ ਤੇਰੀਆਂ ਸਾਰੀਆਂ ਕਰਤੂਤਾਂ ਉਹ ਲਗਾਓ ਤੇਰੀ ਕਲਾਸ ਮੇਰਾ ਤਾਂ ਆਪ ਜੀ ਕਰਦਾ ਵੀ ਮੈਂ ਨਾ ਕੋਈ ਗੱਲ ਕਰਦਾ ਕਹਿੰਦੀ ਮੈਂ ਸੱਸ ਮੂਹਰੇ ਚੂਣ ਨਹੀਂ ਸੀ ਕਰਦੀ ਉਹ ਨੂੰਹ ਨੂੰ ਤਾਂ ਤੁਸੀਂ ਸਾਹ ਨਹੀਂ ਲੈਣ ਦਿੰਦੇ ਸਾਡੇ ਨੂੰ ਹੋ ਗਏ ਹਜੇ ਤਾਂ ਗੁਰਚਰਨ ਆਇਆ ਨਹੀਂ ਅੱਗੇ ਤਾਂ 9 ਵਜੇ ਆ ਜਾਂਦਾ ਅੱਜ ਕੀ ਹੋ ਗਿਆ ਮਨਪ੍ਰੀਤ ਮਨਪ੍ਰੀਤ ਆ ਗਿਆ ਮੈਂ ਹਾਏ ਕਿੱਥੇ ਆ ਹਾਏ ਹਾਏ ਮੰਮੀ ਕੀ ਹੋ ਗਿਆ ਤੁਹਾਨੂੰ ਕੀ ਹੋਣਾ ਪੁੱਤ ਮੈਂ ਤਾਂ ਤੇਰਾ ਵਿਆਹ ਇਹ ਸੋਚ ਕੇ ਕੀਤਾ ਸੀ ਕਿ ਮੇਰੀ ਨੂੰਹ ਆਊਗੀ ਨਾਲੇ ਤਾਂ ਘਰ ਸੰਭਾਲੂਗੀ ਨਾਲੇ ਮੇਰੀ ਸੇਵਾ ਕਰੂਗੀ ਪਰ ਮੇਰੇ ਕਰਮਾਂ 'ਚ ਸੁੱਖ ਕਿੱਥੇ ਮੇਰੀ ਤਾਂ ਕਿਸਮਤ ਹੀ ਮਾੜੀ ਆ ਉਹ ਮੰਮੀ ਹੋਇਆ ਕੀ ਆ ਇਹ ਤਾਂ ਦੱਸੋ ਮੈਨੂੰ ਹੋਣਾ ਕੀ ਪੁੱਤ ਆ ਜਿਹੜੀ ਤੇਰੀ ਮਨਪ੍ਰੀਤ ਜੇ ਕੋਈ ਕੰਮ ਕਹਿ ਦਵਾਂ ਮਜ਼ਾਲ ਮੰਨ ਜਾਵੇ ਉਹ ਕੰਮ ਤਾਂ ਕੀ ਕਰਨਾ ਉਲਟਾ ਮੇਰੇ ਗੱਲ ਪੈਨੂੰ ਆਉਂਦੀ ਆ
पुत मैं तो तेरे तक कोई गल पहुँचाणी नहीं सी कि मैं आपे नबेड़ लूँगी, पर मेरे हुण हाथ खड़े आ इहदियां हरकतां देख देख के, हुण तू ही कोई हल कढ। हल तो मम्मी हुण मैनू ही कढ़ना पैणा इहदा। मनप्रीत! हाँ जी, बुलाया तुसी? आहो बुलाया। आ मैं की सुन रहा मम्मी तो, तू हुण मम्मी अगे बोलन लग गई। मम्मी क्यों झूठ बोलदे तुसी? ना मैं की झूठ बोलदी आ, आ थोड़ी देर पहला रसोई च किन्ना तू बोल के हटी आ, भुल गई? मम्मी जे दसनी है ना तो सारी गल दसो, ना तो मैं थोनू कुछ गलत कहा ते ना ही गलत बोली आ। बस हुण यही दिन देखने बाकी रह गए सी कि मैं अपने पुत नूं सफाइयां दवां कि मैं सच बोलदी आ। सच नहीं मम्मी, तुसी झूठ बोलदे पए हो। थोड़े झूठ करके होर कुछ होवे ना होवे पर साडे दोहां दे रिश्ते च फर्क जरूर पै जूगा। ना मैं तैनूं विआहिया सी फर्क पाउण वास्ते विआहिया सी, आ देख लै पुत तेरी मां नूं मिंटां च झूठे पाता ते आप सच्ची बण गई। मैं सच्ची आ, मैं तां बोली आ। जे हुण थोड़े तक गल पहुंच ही गई आ ਤਾਂ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸੂਗੀ, ਨਿੱਕੀ ਨਿੱਕੀ ਗੱਲ ਦੱਸੂਗੀ ਜੋ ਘਰ 'ਚ ਹੋਈਆਂ ਨੇ, ਤੇ ਤੁਸੀਂ ਮੈਨੂੰ ਜਵਾਬ ਦਿਓਗੇ ਵੀ ਕੌਣ ਸਹੀ ਆ ਤੇ ਕੌਣ ਗਲਤ। ਸਭ ਤੋਂ ਪਹਿਲਾਂ ਗੱਲ ਆਉਂਦੀ ਆ ਜੀ ਉੱਠਣ ਦੀ, ਕਿ ਤੁਸੀਂ ਮੇਰੇ ਉੱਠਣ ਤੋਂ ਪਹਿਲਾਂ ਕੰਮ 'ਤੇ ਚਲੇ ਜਾਂਦੇ ਹੋ। ਹੁਣ ਤੁਸੀਂ ਮੈਨੂੰ ਇਹਦਾ ਜਵਾਬ ਦਿਓ, ਤੁਸੀਂ ਰੋਟੀ ਬਿਨਾਂ ਖਾਧੇ ਜਾਂਦੇ ਹੋ ਕਿ ਰੋਟੀ ਖਾ ਕੇ ਜਾਂਦੇ ਹੋ? ਹਾਂ ਰੋਟੀ ਖਾ ਕੇ ਜਾਂਦਾ, ਟਿਫਨ ਲੈ ਕੇ ਜਾਂਦਾ, ਪਰ ਇਹਦੇ 'ਚ ਇਹੋ ਜਿਹੀ ਕਿਹੜੀ ਗੱਲ ਆ ਜਿਹੜਾ ਇੰਨਾ ਇਸ਼ੂ ਬਣਾਇਆ? ਇਸ਼ੂ ਮੈਂ ਨਹੀਂ ਬਣਾਇਆ ਜੀ, ਇਸ਼ੂ ਬਣਾਇਆ ਤੁਹਾਡੀ ਮੰਮੀ ਨੇ। ਉਹਨਾਂ ਨੂੰ ਇਹ ਲੱਗਦਾ ਕਿ ਤੁਸੀਂ ਚਲੇ ਜਾਂਦੇ ਹੋ ਤੇ ਮੈਂ ਆਰਾਮ ਨਾਲ ਸੁੱਤੀ ਰਹਿੰਦੀ ਹਾਂ। ਮੰਮੀ ਮੈਨੂੰ ਵੀ ਫਿਕਰ ਆ ਮੇਰਾ ਘਰ ਵਾਲਾ, ਮੈਂ ਉਹਨਾਂ ਨੂੰ ਰੋਟੀ ਖਵਾ ਕੇ ਟਿਫਨ ਪੈਕ ਕਰਕੇ ਫਿਰ ਕਿਤੇ ਜਾ ਕੇ ਸੋਨੀ ਹਾਂ। ਉਹ ਮੈਂ ਵੀ ਇਨਸਾਨ ਹਾਂ, ਮੈਂ ਵੀ ਥੱਕਦੀ ਹਾਂ, ਮੈਨੂੰ ਵੀ ਰੈਸਟ ਦੀ ਲੋੜ ਆ। ਮੰਮੀ ਤੁਸੀਂ ਸਾਰੇ ਘਰ ਦੀ ਜ਼ਿੰਮੇਵਾਰੀ ਨਾ ਮੇਰੇ ਸਿਰ 'ਤੇ ਸੁੱਟੀ ਹੋਈ ਆ। ਤੁਸੀਂ ਬੜਾ ਕਹਿੰਦੇ ਹੋ, ਤਾਂ ਮੈਂ ਤੁਰੀ ਜਾਂਦੀ ਆਹ ਕਰ ਦਿੰਦੀ ਸੀ, ਤੁਰੀ ਜਾਂਦੀ ਆਹ ਕਰ ਦਿੰਦੀ ਸੀ, ਪਰ ਜਿੱਦਣ ਦੀ ਮੈਂ ਵਿਆਹ ਕੇ ਆਈ ਹਾਂ ਨਾ ਤੁਸੀਂ ਤੁਰੇ ਜਾਂਦੇ ਕੁਛ ਨਹੀਂ ਕਰਦੇ, ਸਿਰਫ ਗੱਲਾਂ ਹੀ ਸੁਣਾਉਂਦੇ ਹੋ। ਨਾਲੇ ਮੰਮੀ ਜਿਹੜੀ ਤੁਸੀਂ ਗੱਲ ਕਰਦੇ ਹੋ ਅੱਧੀ ਰਾਤ ਨੂੰ ਹਾਹਾ ਹੀ ਦੀ, ਉਹ ਹਾਹਾ ਹੀ ਨਹੀਂ ਹੈਗੀ, ਉਹ ਇਹਨਾਂ ਨੂੰ ਰੋਟੀ ਖਵਾਉਣ ਤੋਂ ਬਾਅਦ ਮੈਂ ਰਸੋਈ ਸਾਫ਼ ਕਰਕੇ ਸਵੇਰ ਦੇ ਟਿਫਨ ਦੀ ਤਿਆਰੀ ਕਰਦੀ ਹੁੰਦੀ ਹਾਂ। ਮੈਂ ਮਸ਼ੀਨ ਨਹੀਂ ਹੈਗੀ ਵੀ ਜਿਹੜੀ ਰਾਤ ਨੂੰ ਚਾਰਜਿੰਗ 'ਤੇ ਲਾ ਕੇ ਸੋਵੋਗੇ ਵੀ ਸਵੇਰੇ ਬੈਟਰੀ ਫੁੱਲ ਹੋਊਗੀ, ਇਹ ਸਾਰਾ ਦਿਨ ਚੱਲੀ ਜਾਊਗੀ। ਉਹ ਮੈਂ ਵੀ ਇਨਸਾਨ ਹਾਂ, ਮੇਰੇ ਅੰਦਰ ਵੀ ਫੀਲਿੰਗਸ ਹੈਗੀਆਂ ਨੇ, ਮੈਂ ਵੀ ਥੱਕਦੀ ਹਾਂ। ਮੰਮੀ ਮੈਂ ਮੰਨਦੀ ਹਾਂ ਇਹ ਘਰ ਵੀ ਮੇਰਾ ਅਤੇ ਕੰਮ ਵੀ ਮੇਰਾ, ਪਰ ਤੁਸੀਂ ਮੈਨੂੰ ਜਵਾਬ ਦਿਓ, ਜਦ ਮੈਂ ਇਸ ਘਰ ਨੂੰ ਅਪਣਾ ਲਿਆ, ਘਰ ਦੇ ਮੈਂਬਰਾਂ ਨੂੰ ਅਪਣਾ ਲਿਆ, ਤਾਂ ਤੁਸੀਂ ਮੈਨੂੰ ਕਿਉਂ ਨਹੀਂ ਅਪਣਾਉਂਦੇ? ਜੇ ਮੇਰੀ ਥਾਂ 'ਤੇ ਤੁਹਾਡੀ ਧੀ ਹੁੰਦੀ ਤੁਸੀਂ ਉਹਦੇ ਨਾਲ ਵੀ ਇੱਦਾਂ ਕਰਦੇ? ਜੇ ਉਹ ਕੱਪੜੇ ਧੋਂਦੀ ਹੋਈ ਥੋੜ੍ਹਾ ਜਿਹਾ ਰੋਟੀ ਨੂੰ ਲੇਟ ਹੋ ਜਾਂਦੀ ਫਿਰ ਵੀ ਤੁਸੀਂ ਉਹਨੂੰ ਐਂ ਹੀ ਬੋਲਦੇ? ਜੇ ਉਹ ਕੋਈ ਕੰਮ ਕਰਨ ਲੱਗੇ ਉਹ ਤੋਂ ਮਗਰੋਂ ਥੋੜ੍ਹੀ ਦੇਰ ਆਰਾਮ ਕਰ ਲੈਂਦੀ ਫਿਰ ਵੀ ਤੁਸੀਂ ਉਹਨੂੰ ਐਂ ਹੀ ਬੋਲਦੇ? ਜੇ ਕੋਈ ਰਸੋਈ 'ਚੋਂ ਆਪਣੀ ਮਨਪਸੰਦ ਚੀਜ਼ ਬਣਾ ਲੈਂਦੀ ਫਿਰ ਵੀ ਤੁਸੀਂ ਉਹਨੂੰ ਐਂ ਹੀ ਬੋਲਦੇ? ਹੁਣ ਤੁਸੀਂ ਦੱਸੋ ਜੀ ਮੇਰੀ ਕੀ ਗਲਤੀ ਆ? ਜੇ ਮੇਰੀ ਕੋਈ ਗਲਤੀ ਹੈਗੀ ਆ ਤਾਂ ਮੈਂ ਮੰਮੀ ਤੋਂ ਮਾਫ਼ੀ ਮੰਗਣ ਨੂੰ ਤਿਆਰ ਹਾਂ। ਉਹ ਆ ਦੇਖ ਤੇਰੇ ਸਾਹਮਣੇ ਕਿੰਨਾ ਬੋਲੀ ਜਾਂਦੀ ਆ, ਤੂੰ ਇਹਨੂੰ ਚੁੱਪ ਨਹੀਂ ਕਰਾ ਸਕਦਾ? ਮੰਮੀ ਚੁੱਪ ਤਾਂ ਅੱਜ ਤੁਹਾਡੀਆਂ ਹਰਕਤਾਂ ਨੇ ਕਰਾਤਾ ਮੈਨੂੰ, ਉਹ ਵੀ ਮਨਪ੍ਰੀਤ ਸਾਹਮਣੇ। ਨਹੀਂ ਪੁੱਤ, ਮਨਪ੍ਰੀਤ ਝੂਠ ਬੋਲਦੀ ਆ। ਝੂਠ ਬੋਲਦੀ ਆ ਇਹ? ਨਾ ਕਿਵੇਂ ਝੂਠ ਬੋਲਦੀ ਆ, ਉਵੇਂ ਜਿਵੇਂ ਮੇਰੇ ਆਉਂਦੇ ਆਉਂਦੇ ਤੁਹਾਡੇ ਪੈਰਾਂ 'ਚ ਦਰਦ ਹੋ ਰਿਹਾ ਸੀ ਅਤੇ ਹੁਣ ਉਹ ਜਮਾਂ ਹੀ ਠੀਕ ਹੋ ਗਿਆ। ਸਤਿ ਸ਼੍ਰੀ ਅਕਾਲ ਜੀ। ਵੈਸੇ ਤਾਂ ਇਹ ਜਿਹੜੀ ਵੀਡੀਓ ਅਸੀਂ ਬਣਾਈ ਹੈ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਮੈਸੇਜ ਆ, ਪਰ ਫਿਰ ਵੀ ਇੱਕ ਦੋ ਚੀਜ਼ਾਂ ਮੈਂ ਜ਼ਰੂਰ ਕਹਿਣਾ ਚਾਹੂੰਗੀ। ਕੁਛ ਕੁ ਸੱਸਾਂ ਕੀ ਕਰਦੀਆਂ ਨੇ, ਨੂੰਹਾਂ ਅਤੇ ਧੀਆਂ ਦੇ ਵਿੱਚ ਫਰਕ ਰੱਖਦੀਆਂ ਨੇ। ਫਰਕ ਕਿੱਦਾਂ? ਜਿੱਦਾਂ ਮਨਪ੍ਰੀਤ ਨੇ ਲਾਸਟ ਦੇ ਵਿੱਚ ਵਰਡਿੰਗ ਕਹੀ ਹੈ ਕਿ ਮੰਮੀ ਜੇ ਇਹੀ ਸਾਰਾ ਕੁਛ ਤੁਹਾਡੀ ਧੀ ਕਰਦੀ, ਉਹਨੇ ਕੰਮ ਕੀਤਾ, ਦੋ ਘੜੀ ਆਰਾਮ ਕਰ ਲਿਆ, ਜਾਂ ਕੋਈ ਹੋਰ ਕੰਮ ਕਰ ਰਹੀ ਆ, ਉਹ ਤੋਂ ਰੋਟੀ ਪਾਣੀ ਦੇ ਵਿੱਚ ਲੇਟ ਹੋ ਗਈ, ਤਾਂ ਕੀ ਅਸੀਂ ਧੀ ਨੂੰ ਵੀ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੰਦੇ ਹਾਂ? ਨਹੀਂ ਕਰਦੇ ਨਾ। ਉੱਥੇ ਬੰਦਾ ਕੀ ਕਹਿੰਦਾ, ਆ ਜਾ ਪੁੱਤ ਕੋਈ ਗੱਲ ਨਹੀਂ, ਆਰਾਮ ਕਰ ਲਾ, ਕੰਮ ਆ ਹੋ ਹੀ ਚੱਲੂਗਾ, ਸਾਰੀ ਦਿਹਾੜੀ ਕੰਮ ਹੀ ਕਰਨੇ ਆ ਆਪਾਂ। ਇਹੀ ਚੀਜ਼ ਆਪਾਂ ਨੂੰਹਾਂ ਲਈ ਕਿਉਂ ਨਹੀਂ ਰੱਖਦੇ? ਅਤੇ ਦੂਜੇ ਪਾਸੇ ਸੱਸਾਂ ਵੀ ਜਿਹੜੀਆਂ ਡਬਲ ਫੇਸ ਕਰਦੀਆਂ ਨੇ, ਪੁੱਤ ਦੇ ਸਾਹਮਣੇ ਕੁਛ ਹੋਰ, ਨੂੰਹ ਦੇ ਸਾਹਮਣੇ ਕੁਛ ਹੋਰ, ਨਾ ਕਰਿਆ ਕਰੋ। ਘਰ ਇੱਕ ਆ, ਛੱਤ ਇੱਕ ਆ, ਰਲ ਕੇ ਰਹਿਣਾ, ਨੂੰਹ ਨੇ ਤੁਹਾਨੂੰ ਸਾਂਭਣਾ, ਕਿਸੇ ਨੇ ਬਾਹਰੋਂ ਆ ਕੇ ਨਹੀਂ ਸਾਂਭਣਾ। ਤੁਸੀਂ ਨੂੰਹਾਂ ਨੂੰ ਧੀਆਂ ਬਣਾਓ, ਧੀਆਂ
जाने जड़िया नूहा आईया हुई ने घर सस्सा नू मां समझण। जो ये चीज़ा हो गया तो जो घर निक्के मोटे कलेश ने यह सारे अपने आप ही खत्म हो जाने। जे थोनों साड़ी यह वीडियो वधिया लगी आ तो साड़ी वीडियो वध तो वध शेयर करो, पेज नू लाइक करो, तो चैनल नू सबसक्राइब करो। बाकी जिहड़ी साड़ी अगली वैब सीरीज़ आ रही है जम्मे नाल दे बेगाने, वो तुसी जरूर देखियो। बहुत वधिया स्टोरी आ, बहुत मेहनत कीती आ। जब तुसी देखोगे तो सानू पूरा यकीन है कि थोनू वह जरूर पसंद आऊगी। फिलहाल उदों तक तुसी सिंगल वीडियो नू इंजॉय करो, तो वध तो वध शेयर करो, तो जिन्हां ने हजे तक पेज नू लाइक नहीं किया वह पेज नू लाइक जरूर करो। सत श्री अकाल जी।